ਜੋ ਇੰਨੀ ਭੀੜ ਆ ਉਹ ਸਾਨੂੰ ਦੇਖਣ ਨੂੰ ਮਿਲਦੀ ਹੈ। ਇਹ ਦਲਜੀਤ ਬਾਈ ਦਾ ਜੋ ਅੱਜ ਟਾਈਮ ਚੱਲ ਰਿਹਾ, ਜੋ ਉਹਨਾਂ ਨੇ ਇੰਨੇ ਸਾਲਾਂ 'ਚ ਮਿਹਨਤ ਕਰਕੇ ਜੋ ਮੁਕਾਮ ਹਾਸਿਲ ਕੀਤਾ, ਸੋ ਇਹ ਜਿਸ ਤਰੀਕੇ ਦੀ ਆਡੀਅੰਸ ਰਿਸਪੋਂਸ ਹੈ, ਇਹ 100% ਉਹਨਾਂ ਦਾ। ਹੁਣ ਦਲਜੀਤ ਭਾਅ ਜੀ ਬਹੁਤ ਵੱਡੇ ਇੰਟਰਨੈਸ਼ਨਲ ਸਟਾਰ ਹੈ, ਹੈ ਨਾ, ਉਹਨਾਂ ਦੀ ਰੀਚ ਉਨੀ ਵੱਡੀ ਹੈ। ਸੋ ਜਿੰਨਾ ਵੱਡਾ ਸਟਾਰ ਹੁੰਦਾ, ਜਿੰਨੀ ਵੱਡੀ ਫਿਲਮ ਹੁੰਦੀ ਹੈ, ਉਨੀਆਂ ਜ਼ਿਆਦਾ ਕੰਟਰੀ 'ਚ ਸਾਨੂੰ ਸਕਰੀਨਾਂ ਮਿਲਦੀਆਂ, ਸ਼ੋਅਜ਼ ਮਿਲਦੇ ਆ। ਵਰਲਡ ਵਾਈਡ ਅੱਜ ਤੱਕ ਦੀ ਸਭ ਤੋਂ ਜ਼ਿਆਦਾ ਵੱਡੀ ਪੰਜਾਬੀ ਰਿਲੀਜ਼ ਫਿਲਮ ਹੈ। ਜਿੰਨੇ ਇਸ ਫਿਲਮ ਦੇ ਸ਼ੋਅ ਹੈ, ਇੰਨੇ ਅੱਜ ਤੱਕ ਕਿਸੇ ਪੰਜਾਬੀ ਫਿਲਮ ਦੇ ਨਹੀਂ ਲੱਗੇ। ਇਹ ਫਿਲਮ ਦਾ ਜੋ ਵੀ ਕ੍ਰੈਡਿਟ ਹੈ, ਇਹ ਫਿਲਮ ਦਾ ਕ੍ਰੈਡਿਟ ਅਨੁਰਾਗ ਭਾਅ ਜੀ ਦਾ, ਉਸ ਬ੍ਰਾਂਡ ਦਾ, ਅਤੇ ਦਲਜੀਤ ਬਾਈ ਅਤੇ ਨੀਰੂ ਮੈਮ ਦਾ, ਹੈ ਨਾ। ਮਤਲਬ ਮੈਨੂੰ ਤਾਂ 100% ਇਸ ਫਿਲਮ ਦਾ ਸਿਰਫ ਕ੍ਰੈਡਿਟ ਹੀ ਮਿਲਿਆ ਕਹਿ ਸਕਦੇ ਹੋ ਤੁਸੀਂ। ਕੀ ਕਹਿਣਾ ਸੀ, ਬਹੁਤ ਜ਼ਿੰਮੇਵਾਰੀ ਸੀ, ਕਿਉਂਕਿ ਰਾਈਟਰ ਦੇ ਨਾਲ ਤੁਸੀਂ ਡਾਇਰੈਕਟਰ ਵੀ ਸੀਗੇ, ਸੋ ਲੱਗ ਰਿਹਾ ਕਿ ਜ਼ਿੰਮੇਵਾਰੀ ਮੋਢੇ ਤੋਂ ਬੋਝ ਉਤਰ ਗਿਆ, ਹੈ ਨਾ। ਨਹੀਂ, ਡੈਫੀਨੇਟਲੀ ਫਿਲਮ ਰਿਲੀਜ਼ ਹੋ ਗਈ ਜੀ, ਅਤੇ ਉਹ ਜ਼ਿੰਮੇਵਾਰੀ ਤਾਂ ਖਤਮ ਹੋ ਜਾਂਦੀ ਹੈ। ਬਟ ਕਿਉਂਕਿ ਅਨੁਰਾਗ ਭਾਅ ਜੀ ਸੀਗੇ, ਉਹ ਸਾਡੀ ਇੰਡਸਟਰੀ ਦੇ ਵਨ ਆਫ ਦਾ ਬੈਸਟ ਡਾਇਰੈਕਟਰ ਹੈ, ਵਨ ਆਫ ਦਾ ਕੀ ਬੈਸਟ ਹੀ ਹੈ। ਸੋ ਉਹਨਾਂ ਦਾ ਕ੍ਰੀਏਟ ਕੀਤਾ ਹੋਇਆ ਇਹ ਬ੍ਰਾਂਡ ਹੈ, ਸੋ ਇੱਕ ਬਹੁਤ ਵੱਡੀ ਰਿਸਪੋਂਸਿਬਿਲਟੀ ਹੁੰਦੀ ਹੈ ਕਿਸੇ ਹੋਰ ਦੀ ਥੋਟ ਪ੍ਰੋਸੈਸ ਨੂੰ ਫੜ ਕੇ ਉਹਨੂੰ ਕੰਟੀਨਿਊ ਕਰਨਾ, ਅਤੇ ਹੁਣ ਫਿਲਮ ਲੱਗ ਗਈ ਹੈ, ਬਾਕੀ ਲੋਕਾਂ ਨੇ ਦੱਸਣਾ ਜੀ। ਬਟ ਮੇਰੇ ਵੀ ਨਹੀਂ, ਮੈਂ ਰਿਲੈਕਸ ਹੈ ਕਿ ਚਲੋ ਹੁਣ ਕੰਮ ਖਤਮ ਹੋ ਗਿਆ। ਨਹੀਂ, ਕਿਉਂਕਿ ਐਕਚੁਲੀ ਇਹ ਫਿਲਮ ਆਲਰੇਡੀ ਅਨੁਰਾਗ ਭਾਅ ਜੀ ਨੇ ਹੀ ਕਰਨੀ ਸੀਗੀ, ਸੋ ਲਾਸਟ ਟਾਈਮ 'ਤੇ ਕਿਉਂਕਿ ਉਹਨਾਂ ਦਾ ਕੁਛ ਹਿੰਦੀ ਦਾ ਆ ਗਿਆ ਸੀਗਾ ਤਾਂ ਲਾਈਨਅਪ ਸੀਗਾ ਉਹਨਾਂ ਦਾ, ਸੋ ਨਹੀਂ ਕਰ ਪਾਏ, ਤਾਂ ਇਹ ਫਿਲਮ ਮੇਰੇ ਕੋਲ ਆ ਗਈ ਹੈ। ਮਤਲਬ ਮੇਰਾ ਥੋਟ ਨਹੀਂ ਹੈ, ਇਹ ਟੀਮ ਦਾ, ਉਹਨਾਂ ਨੇ ਐਜ਼ ਏ ਟੀਮ ਮੈਨੂੰ ਸਿਲੈਕਟ ਕੀਤਾ ਕਿ ਤੁਸੀਂ, ਅਨੁਰਾਗ ਭਾਅ ਜੀ ਅਵੇਲੇਬਲ ਨਹੀਂ ਸੀਗੇ, ਸੋ ਤਾਂ ਕਰਕੇ ਜੋੜੀ ਜਿਹੜੀ ਹੈ ਨੀਰੂ ਐਂਡ ਦਲਜੀਤ ਦੀ ਕਾਫੀ ਸੁਪਰ ਸੁਪਰ ਹਿੱਟ ਹੋਈ ਹੈ, ਤੋਂ ਪਹਿਲਾਂ ਵੀ ਉਹਨਾਂ ਨੇ ਫਿਲਮਾਂ ਕੀਤੀਆਂ, ਬਟ ਜੱਟ ਐਂਡ ਜੂਲੀਅਟ ਇਹ ਪੰਜਾਬ 'ਚ ਹਿੱਟੀ, ਜੋ ਕਰੇਜ਼ ਜਦੋਂ ਦਲਜੀਤ ਭਾਅ ਜੀ ਹੈ ਉਹ ਕਰੇਜ਼ ਦੇਖਣ ਨੂੰ ਮਿਲਿਆ। ਕਈ ਵਾਰੀ ਕੀ ਹੁੰਦਾ, ਕਿਸੇ ਵੱਡੇ ਐਕਟਰ ਦੇ ਨਾਲ ਇੰਨਾ ਕਰੇਜ਼ ਹੁੰਦਾ, ਉਹਦੀ ਫੈਨ ਫੋਲੋਇੰਗ ਇੰਨੀ ਹੁੰਦੀ ਹੈ, ਡਾਇਰੈਕਟਰ ਨੂੰ ਹੁੰਦਾ ਕਿ ਯਾਰ ਇੱਡਾ ਵੱਡਾ ਐਕਟਰ ਆ, ਲੋਕਾਂ ਨੇ ਦੇਖਣਾ ਆਉਣਾ। ਤੁਹਾਨੂੰ ਇਹ ਵੀ ਸੀਗਾ ਕਿ ਹਾਂ ਯਾਰ ਦਲਜੀਤ ਭਾਅ ਜੀ ਹੈਗੇ ਨੇ ਫਿਲਮ 'ਚ ਤਾਂ ਫਿਲਮ ਚੱਲ ਸਕਦੀ ਹੈ? ਨਹੀਂ, ਐਕਚੁਲੀ ਇਹ ਫਿਲਮ ਦਾ ਜੋ ਵੀ ਕ੍ਰੈਡਿਟ ਹੈ, ਇਹ ਫਿਲਮ ਦਾ ਕ੍ਰੈਡਿਟ ਅਨੁਰਾਗ ਭਾਅ ਜੀ ਦਾ, ਉਸ ਬ੍ਰਾਂਡ ਦਾ, ਅਤੇ ਦਲਜੀਤ ਬਾਈ ਅਤੇ ਨੀਰੂ ਮੈਮ ਦਾ, ਹੈ ਨਾ। ਮਤਲਬ ਮੈਨੂੰ ਤਾਂ 100% ਇਸ ਫਿਲਮ ਦਾ ਸਿਰਫ ਕ੍ਰੈਡਿਟ ਹੀ ਮਿਲਿਆ ਕਹਿ ਸਕਦੇ ਹੋ ਤੁਸੀਂ। ਮਤਲਬ ਇਹ ਉਹਨਾਂ ਦੇ ਨਾਮ ਨੂੰ ਚੱਲ ਰਹੀ ਹੈ, ਜੋ ਇੰਨੀ ਭੀੜ ਆ ਉਹ ਸਾਨੂੰ ਦੇਖਣ ਨੂੰ ਮਿਲਦੀ ਹੈ। ਇਹ ਦਲਜੀਤ ਬਾਈ ਦਾ ਜੋ ਅੱਜ ਟਾਈਮ ਚੱਲ ਰਿਹਾ, ਜੋ ਉਹਨਾਂ ਨੇ ਇੰਨੇ ਸਾਲਾਂ 'ਚ ਮਿਹਨਤ ਕਰਕੇ ਜੋ ਮੁਕਾਮ ਹਾਸਿਲ ਕੀਤਾ, ਸੋ ਇਹ ਜਿਸ ਤਰੀਕੇ ਦੀ ਆਡੀਅੰਸ ਰਿਸਪੋਂਸ ਹੈ, ਇਹ 100% ਉਹਨਾਂ ਦਾ। ਫਿਲਮ ਦੀ ਮੈਂ ਇੱਕ ਲਿਸਟ ਵੇਖ ਰਿਹਾ ਸੀ, ਪੀਜੀ ਪਤਾ ਨਹੀਂ ਬਾਹਰ ਕਿਹੜੀਆਂ ਕੰਟਰੀਆਂ 'ਚ ਨਹੀਂ ਵੀ ਰਿਲੀਜ਼ ਹੋਈ ਸੀ ਅੱਜ ਤੱਕ ਪੰਜਾਬੀ ਫਿਲਮ ਕੋਈ ਜੀ, ਉੱਥੇ ਵੀ ਇਹ ਫਿਲਮ ਲੱਗੀ ਹੋਈ, ਔਰ ਪਾਕਿਸਤਾਨ 'ਚ ਮੈਨੂੰ ਲੱਗਦਾ ਅੱਜ ਤੋਂ ਹੀ ਲੱਗ ਗਈ ਹੈ। ਹਾਂਜੀ, ਕਿਉਂਕਿ ਇਹ ਉਹੀ ਗੱਲ ਹੈ ਕਿ ਹੁਣ ਦਲਜੀਤ ਭਾਅ ਜੀ ਬਹੁਤ ਵੱਡੇ ਇੰਟਰਨੈਸ਼ਨਲ ਸਟਾਰ ਹੈ, ਹੈ ਨਾ, ਉਹਨਾਂ ਦੀ ਰੀਚ ਉਨੀ ਵੱਡੀ ਹੈ, ਸੋ ਜਿੰਨਾ ਵੱਡਾ ਸਟਾਰ ਹੁੰਦਾ, ਜਿੰਨੀ ਵੱਡੀ ਫਿਲਮ ਹੁੰਦੀ ਹੈ, ਉਨੀਆਂ ਜ਼ਿਆਦਾ ਕੰਟਰੀ 'ਚ ਸਾਨੂੰ ਸਕਰੀਨਾਂ ਮਿਲਦੀਆਂ, ਸ਼ੋਅਜ਼ ਮਿਲਦੇ ਆ। ਸੋ ਤਾਂ ਕਰਕੇ ਇਹ ਵਰਲਡ ਵਾਈਡ ਅੱਜ ਤੱਕ ਦੀ ਸਭ ਤੋਂ ਜ਼ਿਆਦਾ ਵੱਡੀ ਪੰਜਾਬੀ ਰਿਲੀਜ਼ ਫਿਲਮ ਹੈ ਅੱਜ ਤੱਕ ਦੀ। ਮਤਲਬ ਜਿੰਨੀਆਂ, ਮਤਲਬ ਓਵਰਸੀਜ਼ ਦੀ ਗੱਲ ਕਰੀਏ ਤਾਂ, ਹਾਂਜੀ, ਓਵਰਸੀਜ਼ 'ਚ ਵੀ, ਇੰਡੀਆ 'ਚ ਵੀ, ਇੰਡੀਆ 'ਚ ਕਿਤੇ ਕਿਤੇ, ਮਤਲਬ ਇਹ ਹਾਂਜੀ ਪੂਰੇ ਇੰਡੀਆ 'ਚ ਲੱਗੀ ਹੈ। ਮਤਲਬ ਜਿੰਨੇ ਇਸ ਫਿਲਮ ਦੇ ਸ਼ੋਅ ਹੈ, ਇੰਨੇ ਅੱਜ ਤੱਕ ਕਿਸੇ ਪੰਜਾਬੀ ਫਿਲਮ ਦੇ ਨਹੀਂ ਲੱਗੇ, ਨਾ ਜਿੰਨੀਆਂ ਸਿਟੀ, ਜਿੰਨੀਆਂ ਕੰਟਰੀਜ਼ ਇਸ ਫਿਲਮ ਨੇ ਕਵਰ ਕੀਤੀਆਂ। ਸੋ ਐਡੀ ਵਾਸਟ ਰਿਲੀਜ਼ ਕੋਈ ਪੰਜਾਬੀ ਫਿਲਮ ਨਹੀਂ ਹੈ।
ਜਿੱਦਾਂ ਹੁਣ 3 ਹਿੱਟ ਹੋ ਹੀ ਜਾਣੀ ਹੋ ਹੀ ਗਈ ਲੋਕਾਂ ਦਾ ਕਰੇਜ਼ ਇਹਨਾਂ ਹਿੱਟ ਹੋ ਗਈ ਅਤੇ 4 ਦੀ ਵੀ ਤੁਸੀਂ ਪਲੈਨਿੰਗ ਕਰੋਗੇ ਸਕ੍ਰਿਪਟਿੰਗ? ਹਜੇ ਐਕਚੁਅਲੀ 4 ਦਾ ਕੋਈ ਪਲਾਨਿੰਗ ਨਹੀਂ ਗੀ, ਬਟ ਮੇਰੀ ਤਾਂ ਇਹੀ ਕੋਸ਼ਿਸ਼ ਰਹੂਗੀ ਕਿ ਅਨੁਰਾਗ ਭਾਅ ਜੀ ਕਰਨ, ਕਿਉਂਕਿ ਉਹਨਾਂ ਦਾ ਹੀ ਬ੍ਰਾਂਡ ਹੈ, ਸੋ ਬਿਜ਼ੀ ਸੀਗੇ ਤਾਂ ਨਹੀਂ ਕਰ ਪਾਏ, ਅਤੇ ਰੱਬ ਕਰੇ ਕਿ 4  'ਚ ਸਬੱਬ ਬਣੇ ਉਹ ਵਾਪਸ ਆਪਣੇ ਬ੍ਰਾਂਡ ਨੂੰ ਆ ਕੇ ਸੰਭਾਲਣ। ਸੋ ਬਟ ਮੈਂ ਚਾਹੂੰਗਾ ਕਿ ਮੈਂ ਐਜ਼ ਏ ਰਾਈਟਰ ਇਸ ਫਿਲਮ ਦਾ ਪਾਰਟ ਬਣਿਆ ਰਹਾਂ। ਥੈਂਕ ਯੂ ਸੋ ਮਚ, ਥੈਂਕ ਯੂ, ਥੈਂਕ ਯੂ ਸੋ ਮਚ, ਥੈਂਕ ਯੂ, ਥੈਂਕ ਯੂ।